ਅੰਮ੍ਰਿਤਸਰ 'ਚ ਵਾਪਰੇ ਭਿਆਨਕ ਰੇਲ ਹਾਦਸੇ ਸੰਬੰਧੀ ਬਣਾਈ ਗਈ ਸਿੱਟ ਦੇ ਇੰਚਾਰਜ ਪੀ ਪੁਰਸ਼ਾਦ ਸਾਹਮਣੇ ਅੱਜ ਨਵਜੋਤ ਕੌਰ ਸਿੱਧੂ ਆਪਣੇ ਬਿਆਨ ਦਰਜ ਕਰਾਉਣ ਲਈ ਪੇਸ਼ ਹੋਈ। ਇਸੇ ਦੌਰਾਨ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਲਿਖਤੀ ਤੌਰ 'ਤੇ ਬਿਆਨ ਵੀ ਕਮਿਸ਼ਨਰ ਦੇ ਸਾਹਮਣੇ ਪੇਸ਼ ਕੀਤੇ ਹਨ। ਉਹਨਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਮਿਸ਼ਨਰ ਉਹਨਾਂ ਨਾਲ ਇਨਸਾਫ਼ ਕਰੇਗਾ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ 'ਚ ਸਿੱਧੂ ਜੋੜੇ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਵਿੱਚ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਵਜੋਤ ਕੌਰ ਸਿੱਧੂ ਨੂੰ ਇਸ ਸੰਬੰਧੀ ਵੱਡੀ ਰਾਹਤ ਦਿੱਤੀ ਹੋਈ ਹੈ। प्रोग्राम था, वो अपने चेक बांट रहे हैं और उन्होंने जो अपनी स्टेटमेंट देनी थी वो भेज दी। वो चेक दे रहे हैं फैमिलीज को घर में। हाँ, उन्होंने बयान दिया। क्या मतलब क्या बयान है उनका? वो बता नहीं सकते, वो बता नहीं सकते ना। मैडम तुसी समझते हो कि इन्वेस्टिगेशन दे विच जो भी सच आएगा तो तुहानू जस्टिस मिलेगा? देखो जरूर मिलेगा, जरूर मिलेगा। ब्यूरो रिपोर्ट, पंजाब टुडे।